ਇਹ ਹੈ ਬਲੂ ਬਾਲ ਅਜਾਇਬ ਘਰ ਵਿੱਚ ਇੱਕ ਪੁਰਾਣਿਕ ਨਮਾਇਸ਼ ਖਿਡਾਉਣਾ ਹੈ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਵੀ ਬਣਾ ਸਕਦੇ ਹੋ 12 ਵੋਲਟ ਦੀ ਮੋਟਰ ਲੈ ਕੇ ਇਸ ਨਾਲ ਪਲਾਸਟਿਕ ਦੀ ਐਂਡ ਪਲੇਟ ਅਤੇ ਪੱਖਾ ਲਗਾ ਦਿਵੋ ਪੱਖੇ ਦੇ ਬਾਹਰੀ ਕੇਸਿੰਗ ਵਿੱਚ ਕੁੰਡਾ ਹੂਪ ਜਿਸ ਨਾਲ ਐਲੂਮੀਨੀਅਮ ਦੀ ਪਾਈਪ ਨਿਕਲ ਰਹੀ ਹੈ ਜਿਸ ਤੋਂ ਐਲੂਮੀਨੀਅਮ ਦੀ ਪਾਈਪ ਨਿਕਲ ਰਹੀ ਹੈ ਜਿੱਥੋਂ ਹਵਾ ਬਾਹਰ ਨਿਕਲੇਗੀ ਹੁਣ ਦੂਜੀ ਐਂਡ ਪਲੇਟ ਰੱਖੋ ਅਤੇ ਦੋਵਾਂ ਐਂਡ ਪਲੇਟਾਂ ਨੂੰ ਨਟ 볼ਟ ਨਾਲ ਜੋੜ ਲਵੋ ਜਦ ਮੋਟਰ ਔਨ ਹੋਏਗੀ ਉਦੋਂ ਹਵਾ ਆਪਣੇ ਆਊਟਲੈਟ ਪਾਵ ਰਸਤੇ ਤੋਂ ਬਾਹਰ ਆਏਗੀ ਪਿੰਗ ਪੋਂਗ ਗੇਂਦ ਵੀ ਜੋ ਇਸ ਹਵਾ ਦੇ ਰਸਤੇ ਪਈ ਹੋਈ ਹੈ ਉਹ ਵੀ ਹਵਾ ਵਿੱਚ ਉਛਲੇਗੀ ਹੁਣ ਇਹ ਮੋਟਰ ਪੰਪ ਫਿਟਿੰਗ ਪਾਵ ਅਸੈਂਬਲੀ ਨੂੰ ਲੱਕੜ ਦੇ ਢਾਂਚੇ ਉੱਤੇ ਫਿੱਟ ਕਰੋ ਸਕਰੂ ਨਟ ਨਾਲ ਸਕਰੂ ਨਾਲ ਮੋਟਰ ਨੂੰ 12 ਵੋਲਟ ਪਾਵਰ ਸਪਲਾਈ ਨਾਲ ਜੋੜ ਦਿਵੋ ਮੋਟਰ ਔਨ ਹੁੰਦਿਆਂ ਹੀ ਹਵਾ ਦੀ ਧਾਰ ਐਲੂਮੀਨੀਅਮ ਦੇ ਆਊਟਲੈਟ ਤੋਂ ਬਾਹਰ ਆਏਗੀ ਜਿਸ ਤਰ੍ਹਾਂ ਇਹ ਪਿੰਗ ਪੋਂਗ ਬਾਲ ਨੂੰ ਹਵਾ ਦੇ ਰਸਤੇ ਰੱਖਦੇ ਹੀ ਉਹ ਵੀ ਹਵਾ ਵਿੱਚ ਤੈਰਦੀ ਉੜਦੀ ਦਿਖੇਗੀ ਇਹ ਬਹੁਤ ਵਧੀਆ ਲੱਗਦੀ ਹੈ